میں پیداں اسلام کی بہار ہے ماتم حسین کا، اسلام کی بہار ہے ماتم حسین کا، زینب کی ذوالفقار ہے ملنگ سائیں ماتم حسین کا، اس کا کوئی یزید سے رشتہ ضرور ہے، اور جس کو آج بھی ناگوار ہے ماتم حسین کا۔ تو ابھی آپ کے سامنے بہترین مدہ خان، عظیم باپ کا عظیم بیٹا، سلطان الذاکرین بابا صابر حسین شاہ صاحب کے فرزند ارجمن بابا سید اون صابر شاہ صاحب، وہ خطاب کر سن گئے۔ تو او شبیہ ذوالجلال دوانو زیارت کرے سن گئے، سارے مومنین تشریف رکھو۔ بسم اللہ الرحمن الرحیم، الحمدللہ رب العالمین، الرحمن الرحیم، مالک یوم الدین، ایک نعبد و ایک نستعین، اہدنا الصراط المستقیم، صراط الذین انعمت علیہم غیر المغضوب علیہم ولا الضالین۔ اللہم صلی علی محمد و آل محمد، وعجل فرج آل محمد۔ بسم اللہ الرحمن الرحیم۔ أعوذ بالله من الشيطان اللعين الرجيم، بسم الله الرحمن الرحيم، يا علي توي میرا امام، مومن منافق دی پہچان۔ الحمدللہ رب العالمین، والعاقبت للمتقین، والجنت للمومنین، والنار للکافرین والمنافقین، فقین بے شمار۔ الصلوۃ والسلام علی من کان نبیا و آدم بین الماء و تین صلوات۔ کافی دیر دا ذکر جاری ہے، تے ہن تقریباً آخری چ داخل ہے۔ جتنی تعداد اے بیٹھے ہو سنگے تو ایک بات جماعت سلوات پڑھو۔ میں اپیل کرساں عرش تک پتہ لگے ذکر جاری ہے، اتنی بلند سلوات پڑھو۔
سید سکلا این عاشو سل مشرقا این والمغربا این جدل حسن والحسین ابل قاسم محمد صلوات اللہ رب بسائفا نیاتا نبر محین ضربت ولی فی یوم الخندق افضل من بعدت سکلائیں وا ولد سبتن الحسن والحسین نعرہ حیدری یا علی السلام ولا آ سیدت الجلیلات المخدومات المحرومات الحق مرا سے ابھی ہا سیدات نسائل عالمی میں سلام اخیر دا کرن آیا ہاتھ کھولو بھائی جڑے ہاتھ بدھی بیٹھے کوئی انتظار نہیں جس مقصد واسطے میں گسلن ہے بغیر کہیں تاخیر دے مکمل وقت چ لک پڑ دین حسین دے لک پڑ دین تے سن سنگو دکھ اون ویلے دے پڑھدا پیاں جڑے ویلے غریب دا بچ وی کوئی نہ گیا میں سلام اخیر دا کرن آیا اتنا ہی پتہ لگ ویسی تہاڈے دل وچ کتنا درد ہے سیدہ دا میں سلام اخیر دا کرنی آیا تو آکو ڈسانی آیا میں کوئی نہیں بلنا کیوں جو موت دو ویندا ہے کرو نا تو آجے وسیجے تو آکو ڈسانی آیا میں کیوں جو موت دویندا منت نہیں ادادار منت دا محتاج ہی نہیں ہوندا دل آکھی تہے کریں ہزاراں دی تعداد چائے بیٹھے ہو
ਕਹੇ ਬੰਦੇ ਦੇ ਮੂੰਹ ਚੋਂ ਹਾਏ ਨਾ ਨਿਕਲੀ ਹੋਵੇ, ਮੈਂ ਕੋ ਦਿਲ ਤੇ ਹੱਥ ਰੱਖ ਕੇ ਦੱਸੋ ਚੁੱਪ ਜੋ ਬੈਠੇ ਹੋ, ਕਿਆ ਭੈਣਾਂ ਵੀ ਚੁੱਪ ਬੈਠੀਆਂ ਉਸ ਬਿਆਪ ਮੱਛਲੀ ਵਾਂਗੂ ਤੜਪੀਏ। ਅਗਲੀ ਸੱਤਰ ਸਮਝਾ ਕੇ ਪੜ੍ਹਨਾ ਚਾਹੁੰਦਾ, ਸਿਰਫ ਪੜ੍ਹਨਾ ਨਾ ਚਾਹੁੰਦਾ, ਤੁਹਾਡੇ ਦਿਲਾਂ ਤੇ ਲਿਖਣਾ ਚਾਹੁੰਦਾ। ਸਾਰੀਆਂ ਰੋਂਦੀਆਂ ਬੈਠੀਆਂ ਨਾ, ਆਲੀਆ ਸੈਣ ਅੱਗਾਂ ਤੇ ਵਾਦ ਕੇ ਆ ਦੀ ਆਖਰੀ ਸਲਾਮ ਜੋ ਕਰਨਾ ਹੈ, ਮੈਂ ਕੋ ਦੱਸ ਪਹਿਲੇ ਕਿਉਂ ਨਾ ਆਇਆ, ਤੂੰ ਤਾਂ ਮੇਰੇ ਕੋਲ ਲਾਦਾ ਵੀ ਨਾ ਮੈਂ ਵਿਸਦਾ ਏ, ਜੋ ਪਾਰ ਗੁਜ਼ਰ ਗਿਆ ਏ। ਭੈਣ ਪੁੱਛੇ ਪਹਿਲੇ ਕਿਉਂ ਨਾ ਆਇਆ, ਜਿਹੜੀ ਹੁਸੈਨ ਮਜਬੂਰੀ ਦੱਸੀ ਏ, ਇਸ਼ਾਰਾ ਮੈਂ ਕਰਨਾ, ਕਦਰ ਤੁਸਾਂ ਆਪ ਕਰਨੀ। ਹੁਸੈਨ ਦੇ ਅੱਗੇ ਤਾਈ ਵਾਸਤੇ ਮੈਂ ਆ ਨਹੀਂ ਸੰਗਿਆ, ਕਿਉਂ ਜੋ ਲਾਸ਼ਾਂ ਚੈਂਦਾ ਹੁਣ ਜਿੰਦੇ ਦਾ ਮੂੰਹ ਦੇਖ ਗਿਨੋ, ਇਨ ਉਮਤ ਦੇ ਦਿਲ ਵਿੱਚ ਬਲਾ ਹੁਣ ਜਿੰਦੇ ਦਾ ਮੂੰਹ ਦੇਖ ਗਿਨੋ, ਉਮਤ ਦੇ ਦਿਲ ਵਿੱਚ ਬਿਰਾ ਸਾਬਰਾਂ ਦਾ ਸੁਲਤਾਨ ਮੇਰੇ ਬਾਬੇ ਹੁਣ ਪੜਦੇ ਰਹਿੰਦੇ ਹਨ, ਘੱਟ ਭੈਣ ਕੋਈ ਨਹੀਂ, ਇਮਾਮਤ ਕੋ ਹੌਸਲੇ ਵਧਾਵਣ ਵਾਲੀ ਭੈਣ। ਜਦਾਂ ਭਿਰਾ ਕੇ ਛੇਕੜੀ ਸਲਾਮ ਕਰਨ ਆਇਆ, ਭੈਣ ਵੀ ਭਿਰਾ ਦੇ ਨਾਲ ਗੱਲ ਕੀਤੀ, ਬੀਬੀ ਆਦੀਏ ਤੂੰ ਸਲਾਮ ਅਖੀਰ ਦਾ ਕਰਣੀ ਆਏ, ਮੈਡੀ ਅਮੜੀ ਦਾਸ ਹਰਮਾਇਆ, ਮੈਂ ਸਮਝ ਗਈਆਂ ਜਿਹੜੀ ਗਰਦ ਕੀਤੇ ਹੀ ਵੀ ਬੇਸ ਕੁਚਾ ਬਦਲਾਇਆ, ਦਿਲ ਆਖੀ ਤਰੋਂ ਮੈਂ ਮਿੰਨਤ ਨਹੀਂ ਮੇਰੀ ਸੈਣਾ ਦੀਏ ਪਹਿਲੇ ਝਲ ਚਾ ਫਾਤੀਆ ਅਲੀ ਅਕਬਰ ਦਾ, ਮੇਰੀ ਸੈਣ ਨੇ ਰੋ ਫਰਮਾਇਆ ਪਿੱਛੇ ਵੰਨਣਾ ਆਖੇ ਉੱਠ ਅਮੜੀ ਕੋ, ਮੈਂ ਕੋ ਭੈਣੀ ਨਹੀਂ ਬਲਾ। ਇਵੇਂ ਹੱਕ ਬਣਦਾ ਹੈ ਜਿਵੇਂ ਹੁਣ ਰੁਨੇ ਹੋ। ਮੈਂ ਬਿਸਮਿਲਲਾ ਮੈਂ ਇੱਕ ਬਹਿ ਵੈਣ ਦਾ ਈ ਦਾ ਫਕਰ ਇਨ ਮੈਂ ਚਾਹਨਾ, ਜਿਹੜੀ ਅੱਖ ਦਾ ਵੁਜ਼ੂ ਨਹੀਂ ਆਇਆ ਉਹ ਅੱਖ ਦਾ ਵੀ ਵੁਜ਼ੂ ਹੋਵੇ। ਬੀਬੀ ਆਦੀ ਅੱਛੇ ਕੜੀ ਸਲਾਮ ਜੋ ਕਰਨ ਏ ਦਸਾ ਆਪਣੇ ਬਾਦ ਸਾਡੀਆਂ ਭਾਰਤਾਂ ਕਹਿ ਕੂ ਦਿੱਤੀ ਮੈਂ ਦੀਆਂ ਤੇ ਭੈਣਾਂ ਦੇ ਪੂਰ ਕੁਨਾ ਲਾ ਕੇ ਉੱਥਾਂ ਹੈ ਜਿੱਥਾਂ ਗੈਰਤ ਦਾ ਖੁਦਾ ਮਿੱਟੀ ਤੇ ਸੁੱਤਾ ਪੀ। ਕਾਇਨਾਤ ਦਾ ਪਹਿਲਾ ਪਿਓਏ ਫੈਸਲਾਬਾਦ ਦੇ ਗਿਰਦੋ ਨਵਾ ਲਿਓ, ਜੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੁੱਤਰ ਕੋ ਯਤੀਮੀ ਦੀ ਪੱਗ ਬੱਤੀ ਖੂਨ ਦੀ ਕਲਮ ਦੇ ਨਾਲ ਲਿਖਾ ਹੋਇਆ ਵੈਣ ਮੇਰੇ ਡਾਡੇ ਹੋਣਾ ਪੜਦਰਾਂ ਦੇ ਹਨ, ਪਾਗੀ ਖੜਾ ਬੰਦਾ ਹੈ ਭੈਣੀ ਦੀ ਪਾਤ ਨਹੀਂ ਖੜਾ ਦਿੰਦਾ ਹੈ ਬਾਦ ਸ਼ਹਾਦਤ ਮੇਰੀ ਹਰ ਚਿਹਰੇ ਤੇ ਨਿਗਾ ਮੇਰੀ ਦੇ ਹੁਸੈਨ ਦੀ ਵਸੀਅਤ
ਤੇ ਇਮਾਮ ਹੁੰਦਾ ਅੱਜ ਤੂੰ ਹੈ ਇਨ੍ਹਾਂ ਉਜੜ ਗਈਆਂ ਹਾਇਓ ਫੁੱਫੀਆਂ ਦਾ ਤੇ ਹੁਸੈਨ ਭਰਾ ਅੱਜ ਤੂੰ ਹੈ ਤੇਰਾ ਪੱਥਰ ਦਾ ਦਿਲ ਕਣ ਕਰ ਹੁਸੈਨ ਦੇ ਤੈਕੂ ਭਾਰਤ ਹੋਵੇ ਓ ਮੇਰੀ ਜ਼ੈਨਬ ਦੀ ਤੇ ਅਬਾਸ ਦੀ ਜਾ ਅੱਜ ਤੂੰ ਹੈ ਇਹ ਵੀ ਸਾਰਾ ਪੂਰ ਅੱਲਾ ਰਾਸਣੀ ਦਾ ਤੇ ਬਿਮਾਰ ਮਲਾ ਅੱਜ ਤੂੰ ਚੰਦ ਬੰਦਿਆਂ ਦਾ ਮਜ਼ਾਕ ਕਰਨਾ ਮੈਂ ਆਪਣੀ ਪੜ੍ਹਾਈ ਦਾ ਜ਼ਿੰਮੇਦਾਰ ਹਾਂ ਮਾਤਮੀ ਆਏ ਬੈਠੇ ਹੋਏ ਜੋ ਪੂਰੀ ਰਾਤ ਹੀ ਤੁਸੀਂ ਮਾਤਮ ਕਰਨੇ ਮੈਂ ਹੀ ਤਾਂ ਤੁਹਾਡੇ ਮਾਤਮ ਵਾਸਤੇ ਪਿਆ ਪੜ੍ਹਦਾ ਹੱਥ ਦੇ ਦਾਂ ਕਿਤਨੇ ਜਿਹੜੇ ਅੱਲਾਹ ਬਣਾਏ ਵੀ ਮਾਤਮ ਵਾਸਤੇ ਇਹ ਹੁਸੈਨ ਦੀ ਕਬਰ ਹੈ ਮੈਂ ਸਯਾਦਾਂ ਕਬਰੇ ਹੁਸੈਨ ਦੀ ਕਸਮ ਇਹਦੇ ਕੋਲ ਵੱਡੀ ਕਸਮ ਹੀ ਕੋਈ ਨਹੀਂ ਹਰ ਭੈਣ ਦੀ ਪਾਰਤ ਰੀਤੀ ਹੈ ਪਰ ਨਾ ਚਾ ਕੇ ਪਰਤਾ ਨੇਂਦਾ ਰਹੇ ਪੱਥਰਾਂ ਦਾ ਮੈਦਾਨ ਮਿੰਨਾ ਇੱਕ ਭੈਣ ਦਾ ਨਾਂ ਬਾਦ ਚਾਹੇ ਪਹਿਲੇ ਉਹਦਾ ਹੱਥ ਨਪ ਕੇ ਬੱਚੜੇ ਦੇ ਹੱਥ ਚ ਰੱਖਾ ਸਯਾਦਾ ਦਾ ਰੱਖੇ ਖਾਸ ਖਿਆਲ ਉਹ ਰੁਕਈਆ ਦਾ ਇੱਕ ਖਾ ਗਈ ਮੌਤ ਪੁੱਤਰਾਂ ਦੀ ਮਕਵਾਲੀਆ ਭੇਣ ਨੇ ਦੱਸਿਆ ਹੈ ਇੱਕੋ ਰਾਤੀ ਨਿੰਦਰ ਨਹੀਂ ਮਕਵਾਲੀਆ ਭੇਣ ਨੇ ਦੱਸਿਆ ਹੈ ਨਿੰਦਰ ਨਹੀਂ ਭਲੋ ਮੈਂ ਨੌਕਰ ਹਾਂ ਮੈਂ ਹਾਲੇ ਕੋ ਦੁੱਖ ਮੁਕਈ ਖਾਣ ਬਾਨੀਆਂ ਦੀ ਵੀ ਹਸਰਤ ਮੈਂ ਕੋ ਤਾਰੀਖ ਦਾ ਹੀ ਹਿੱਸਾ ਪੜ੍ਹਨ ਦੇ ਸੋ ਆਖਿਰ ਤੇ ਜੋ ਗਵਾਹ ਆਵਣੇ ਗਵਾਹ ਹੈ ਨਾ ਜ਼ੁਲ ਜਨਾ ਇਹ ਹੁਸੈਨ ਦੇ ਬੇਗੁਨਾਹ ਕਤਲ ਦਾ ਗਵਾਹ ਹੈ ਇੱਕ ਹੀ ਦੁਆ ਕਰੇ ਸਾਂ ਜੋ ਇਹ ਅਦਾਦਾਰੀ ਇਹ ਜ਼ਿਕਰ ਸ਼ਾਲਾ ਇਵੇਂ ਤੁਹਾਡੀਆਂ ਨਸਲਾਂ ਚ ਆਬਾਦ ਰਹੇ ਹਰ ਮਸਲਕ ਦੇ ਲੋਕ ਬੈਠੇ ਹੋ ਪਰ ਗੈਰਤਮੰਦ ਲੋਕ ਬੈਠੇ ਹੋ ਹੁਸੈਨ ਦੇ ਜ਼ਿਕਰ ਚ ਆਉਂਦੇ ਹੀ ਸਿਰਫ ਗੈਰਤਮੰਦ ਅਲਾਮਾ ਅਲੀ ਨਕੀ ਨੱਕਾਂ ਲਿਖਦੇ ਨੇ ਕਰਬਲਾ ਦੇ ਮੈਦਾਨ ਚ ਮੌਤ ਸੌਖੀ ਆਈ ਥੱਕੀ ਹੋਈ ਹੈ ਕੀਤੀ ਵੇ ਜ਼ਿੰਦਗੀ ਬਹੁ ਔਖੀ ਹੈ ਮੈਂ ਮਜਲਿਸ ਦਾ ਆਗਾਜ਼ ਕਰ ਛੋੜੇ ਜ਼ਿੰਦਗੀ ਬਹੁ ਔਖੀ ਇਹ ਸਾਹਮਣੇ ਬੈਠੇ ਹੋ ਬਾਹਰ LED ਲੱਗੀ ਹੋਈ ਹੈ ਬਾਹਰ ਜਿਹੜੇ ਸੁਣਦੇ ਬੈਠੇ ਹੋ ਕਿਉਂ ਔਖੀ ਹੈ ਜ਼ਿੰਦਗੀ ਹੁਣ ਤੇਰੀ ਆਪਣੀ ਮਰਜ਼ੀ ਹੈ ਕਰ ਨਾ ਕਰ ਕਿਬਲਾ ਲਿਖਦੇ ਨੇ ਵਾਸਤੇ ਜ਼ਿੰਦਗੀ ਔਖੀ ਆਈ ਕਰਬਲਾ ਦੇ ਮੈਦਾਨ ਚ ਉਮਤ ਤਸ ਏਡੀ ਡੇ ਛੋੜੀ ਆਈ ਜਿਹੜਾ ਹੋਂਟ ਬੰਦ ਕਰੇਂਦਾ ਹਾ ਖੋਲ ਵੀ ਨਾ ਸਕਦਾ ਜਿਹੜਾ ਖੋਲਿਆ
ਉਹ ਬੰਦ ਨਾ ਕਰ ਸਕਦਾ। ਮੈਂ ਕੋਈ ਇਹ ਤਾਂ ਨਹੀਂ ਪਤਾ ਕਿਤਨੇ ਮਸਲਕ ਦੇ ਲੋਕ ਹੋ, ਇਹ ਮੈਂ ਕੋਈ ਪਤਾ ਆਏ ਰੋਵਣ ਵਾਸਤੇ ਹੋ। ਕਰਬਲਾ ਨਾਂ ਦੀ ਤਸ ਦਾ ਇਹ ਵਾਸਤੇ ਪਤਾ ਨਹੀਂ ਵੀ ਪਿਆ ਲੱਗਦਾ ਨਾ, ਅੱਜ ਮਜਲਿਸ ਤਾਈ ਆਵੇ ਤਾਂ ਤੇਰੇ ਵਾਸਤੇ ਸਬੀਲਾਂ ਲੱਗਦੀਆਂ ਨੇ। ਕਿਆ ਕੋਈ ਨਹੀਂ ਪਾਣੀ ਦਾ ਇੰਤਜ਼ਾਮ, ਕੋਈ ਪਾਬੰਦੀ ਹੈ ਤੁਹਾਡੇ ਤੇ? ਦੇਖ ਸੋ ਮੇਰੀ ਤਰਫ ਜੀ, ਚਲੋ ਇੱਕ ਲਾਓ ਦੀ ਥਾਈ ਆ ਦਾਂ ਚਾ। ਇਹ ਮਾਹੌਲ ਹੀ ਜੀ ਯਕੀਨਨ ਆਵਾਜ਼ ਹਰ ਬੰਦੇ ਤੱਕ ਵੈਸੀ। ਮੈਂ ਰਮਜ਼ਾਨ ਵਿੱਚ 16 ਘੰਟੇ ਦਾ ਰੋਜ਼ਾ ਹੁੰਦਾ, ਅਫਤਾਰੀ ਤੂੰ ਕੁਝ ਵਕਤ ਰਹਿੰਦਾ ਹੋਵੇ ਤੇ ਕਹੇ ਰੋਜ਼ਾਦਾਰ ਕੋਲ ਪੁੱਛੋ ਕਿਵੇਂ ਗੁਜ਼ਰੀ ਹੈ। ਯਕੀਨਨ ਤੁਹਾਡੀ ਹਾਈ ਮੇਰੀ ਤਾਈਦ ਕਰੇ ਸੀ, ਇੱਕੋ ਜਵਾਬ ਦਿੰਦਾ ਹੈ, ਭੁੱਖ ਨਹੀਂ। ਪਿਆਸ ਲੱਗੀ ਏ। ਉਹ ਮੇਰਾ ਮੁਸਲਮਾਨ ਵੀਰ, 16 ਘੰਟੇ ਦਾ ਰੋਜ਼ਾ ਹੁੰਦਾ ਹੈ, ਤੇਰੇ ਕੋਲ 16 ਘੰਟੇ ਦੀ ਤਸ ਬਰਦਾਸ਼ਤ ਨਹੀਂ ਥੀਂਦੀ। ਜਿਹਨਾਂ ਦਾ ਜ਼ਿਕਰ ਪਿਆ ਕਰੇ ਨਾ, ਇਨਹਾਂ ਦੇ ਜ਼ਿਕਰ ਦੀ ਕਸਮ ਏ, ਹੁਸੈਨ ਦਾ ਅਸਗਰ ਵੀ 72 ਘੰਟਾਂ ਦਾ ਪਿਆਸਾ। ਜਿਹੜਾ ਮਾਂ ਕੋ ਮਾਂ ਹੀ ਨਹੀਂ ਛੱਡ ਸਕਦਾ, ਉਹ ਸਗੀਰ ਵੀ 72 ਘੰਟਾਂ ਦਾ ਪਿਆਸਾ। ਪਿਆਸੇ ਸਾਰੇ ਹਨ, ਮੈਂ ਇਹ ਨਾ ਆਧਾ ਜੋ ਪਿਆਸ ਕਹਿਣ ਦੀ ਘੱਟ ਹੀ ਤੇ ਤੁਹਾਡੇ ਰੁਆਉਣ ਵਾਸਤੇ ਗਲਤ ਪੜ੍ਹਾਂ ਤੇ 12ਵੇਂ ਦਾ ਮੁਜਰਿਮ। ਪਰ ਮੇਰੇ ਕੋਲ ਪੁੱਛੋ, ਮੈਂ ਚੌਥੀ ਨਸਲ ਤੋਂ ਲਾਕੇ ਹਾਂ, ਤਾਂ ਮੇਰੇ ਨਜ਼ਦੀਕ ਹਰ ਕਹਿ ਤੂੰ ਢੇਰ ਪਿਆਸਾ ਹਾ ਹੁਸੈਨ। ਹੁਸੈਨ ਦੇ ਤਾਂ ਨਾਂ ਚ ਹੀ ਏਡਾ ਦਰਦ ਏ। ਮੇਰੇ ਬਾਬੇ ਹੁਣ ਪੜ੍ਹਦੇ ਰਹਿੰਦੇ ਹਨ, ਉਹ ਹੁਸੈਨ ਦੇ ਅਦਾਦਾਰੋ, ਰੋਵਣ ਵਾਸਤੇ ਇੰਤਜ਼ਾਰ ਨਕੀ ਤਾਂ ਕਰੋ, ਕੋਈ ਪੜਸੀ ਤਾਂ ਰੋਸੂ, ਰੋਣ ਹੋਵੀ ਤਾਂ ਵੱਖਰਾ ਬਹਿ ਕੇ 3 ਦਫਾ ਇਹੋ ਕੁਝ ਆਖਾ ਕਰ, ਚਾ ਹੈ ਹੁਸੈਨ। ਇਨਾ ਚ ਇਹਦਾ ਦਰਦ ਏ, ਤੇਰੀਆਂ ਅੱਖਾਂ ਦਾ ਵਜ਼ੂ ਹੋਵੇ ਸੀ। ਮੈਂ ਕਿ ਹੁਸੈਨ ਢੇਰ ਪਿਆਸਾ, ਮਾਹੌਲ ਤੂੰ ਬੇਨਿਆਦ ਹੋਸੋ ਤੇ ਮਜਲੇ ਸੋਸੀ। ਹਾਸ਼ਮੀਆਂ ਵਿੱਚੋਂ ਪਹਿਲਾ ਸ਼ਹੀਦ ਕੌਣ ਏ, ਬੋਲੋ ਨਾ? ਅਲੀ ਅਕਬਰ। ਅਲੀ ਅਕਬਰ ਪਹਿਲਾ ਸ਼ਹੀਦ ਹੈ ਨਾ। ਤੁਹਾਡੀਆਂ ਵਸਦੀਆਂ ਹੋਈਆਂ ਅੱਖਾਂ ਦੀ ਕਸਮ ਹੈ, 18 ਸਾਲਾਂ ਦਾ ਜਵਾਨ ਹਾ, ਇੱਕ ਹਮਲਾ ਕਰਕੇ ਪਿੱਛਾ ਵੱਲ ਆ ਕੇ ਆਦੇ ਬਾਬਾ ਤਸ ਖਾ ਗਈ। ਇਹ ਮੈਂ ਪਹਿਲੇ ਪਹਿਲੇ ਸ਼ਹੀਦ ਦਾ ਜ਼ਿਕਰ ਪਿਆ ਕਰੇ ਨਾ। ਹੁਸੈਨ ਅਕਬਰ ਕੋ ਆਖਾ, ਮੇਰੀ ਜ਼ਬਾਨ ਵਿੱਚ ਮੂੰਹ ਪਾ। ਅਲੀ ਅਕਬਰ ਮੂੰਹ ਪਾ ਕੇ ਊਂ ਲੈ ਆਖਾ, ਸਦਕ ਵਨਾ ਮੇਰੇ ਕੋਲ ਢੇਰ ਖੁਸ਼ਕੇ। ਕਾਸਿਮ ਗਈ ਤਾਂ ਉਹੀ ਆਖਾ, ਹਾ ਇੱਕ ਘੁੱਟ ਪਾਣੀ ਦਾ ਹੋਵੇ, ਮੈਂ ਉਹਨਾਂ ਹੱਥਾਂ ਦੀ ਜ਼ਿਆਰਤ ਕਰਨੀ ਹੈ ਜਿਹੜੇ ਅੱਲਾ ਬਣੇ ਵੀ ਮਾਤਮ ਵਾਸਤੇ। ਜਿੱਦਾਂ ਹਰ ਕੈ ਆਖ ਹੈ ਨਾ ਜੋ ਤਸਾਂ, ਹੁਸੈਨ ਮਦੀਨੇ ਦਾ ਮੂੰਹ ਕਰਕੇ ਆਦੇ, ਅੰਮਾ ਮੈਂ ਕਹਿ ਕੂ ਦੱਸਾਂ। ਪੂਰੀ ਮਜਲਿਸ ਦੀ ਸਤਰ ਤੇ ਬੰਦ, ਅੰਮਾ ਮੈਂ ਕਹਿ ਕੋ ਦੱਸਾਂ। ਹੁਸੈਨ ਮੈਂ ਆਖ ਢੇਰ ਪਿਆਸਾ ਹਾ। ਇਹ ਸਰਦੀਆਂ ਦੀ ਆਮਦ ਆਮਦ ਏ, ਪਰ ਹੁਣ ਵੀ ਅਦਾਦਾਰਾਂ ਦੇ ਚਿਹਰਿਆਂ ਤੇ ਪਸੀਨੇ। ਤੁਸੀਂ ਬੈਠੇ ਹੋ, ਤੁਹਾਕੂ ਬਹਿਣ ਨਾਲ ਪਸੀਨਾ ਆਏ। ਯਕੀਨਨ ਪਿਆਸ ਲੱਗਦੀ ਏ ਜਿਹੜੇ ਵੇਲੇ ਪਸੀਨਾ ਆਉਂਦਾ, ਇਵੇਂ ਨਾ ਬੰਦਾ ਟੁਰ ਪੋਵੇ, ਬਹੁਤ ਹੀ ਸਰਦੀ ਹੋਵੇ। ਮੈਂ ਗਰਮੀਆਂ ਨਾ ਆਦਾ ਪੀਆ, ਭਾਵੇਂ ਸਖਤ ਸਰਦੀ ਹੋਵੇ, ਟੁਰਨ ਦੇ ਨਾਲ ਪਿਆਸ ਲੱਗਦੀ ਏ ਨਾ।
ਹੁਣ ਮੈਂ ਇਸ਼ਾਰਾ ਕਰਨਾ ਕਦਰ ਤੁਸਾਂ ਆਪ ਕਰਨੀ। ਮੈਂ ਆਖਿਆ ਬੰਦਾ ਖਾਲੀ ਟੁਰੇ, ਖਾਲੀ ਟੁਰਨ ਨਾਲ ਪਿਆਸ ਲੱਗਦੀ ਏ, ਅਤੇ ਮੈਂ ਕੋ ਦਿਲ 'ਤੇ ਹੱਥ ਰੱਖ ਕੇ ਆਪ ਦੱਸਾਂ, ਬੰਦਾ ਜ਼ਖਮੀ ਹੋਵੇ ਅਤੇ ਵੱਤ ਕਈ ਸ਼ੈ ਚਾ ਕੇ ਟੁਰੇ। ਢੇਰ ਪਿਆਸ ਲੱਗ ਸੀ, ਹਾਂ ਦਰਜਾਤ ਬੁਲੰਦ ਹੋਵੇ ਮੇਰੇ ਬਿਰਾਦਰ ਮੋਹਤਰਮ ਜ਼ਵਾਰ ਮਲੇ ਖੁਰਸ਼ੀਦ ਪਹੋੜ ਦੇ। ਉਹ ਮੇਰਾ ਬਿਰਾ ਪੜਦਾ ਰਹਿੰਦਾ ਹਾ, ਕਈ ਸ਼ੈ ਚਾ ਕੇ ਟੁਰਨਾ ਬਹੁ ਸੌਖ ਹੈ, ਪੁੱਤਰਾਂ ਤੇ ਬਿਰਾਵਾਂ ਦੀਆਂ ਲਾਸ਼ਾਂ ਚਾਵਣੀਆਂ ਔਖੀਆਂ। ਹੁਸੈਨ ਇਵੇਂ ਨਹੀਂ ਟੁਰਦਾ ਰਿਹਾ, ਹੁਸੈਨ ਲਾਸ਼ਾਂ ਚਾ ਕੇ ਟੁਰਦਾ ਰਹੀ, ਕਿਉਂਕਿ ਸੁਲਝਣਾ ਹੋਣੇ ਮੈਂ ਤਮਹੀਦਨ ਢੇਰ ਮਜਲਿਸ ਪੜ੍ਹਨੀ ਥਈ ਚਾਹੁੰਦਾ, ਜੋ ਹੁਸੈਨ ਈ ਜ਼ੀਨੇ ਜ਼ੁਲਜਨਾ ਤੇ ਚੜ੍ਹਾ ਕਿਵੇਂ, ਹੁਸੈਨ ਕੋ ਚੜ੍ਹਾਇਆ ਕੈਂ ਤੇ ਵੱਤ ਰਸੇ ਸਾਂ ਲੱਥਾ ਕਿਵੇਂ। ਲੱਥਾ ਬਹੁ ਔਖਾ, ਕਿਉਂ ਬਈ ਜਿਹੜੇ ਚੁੱਪ ਬੈਠੇ ਉਹ ਸੌਖਾ ਲੱਥਾ। ਇਹ ਜੋ 53 ਮਿੰਟ ਨਾ ਜ਼ੀਨ ਤੇ ਹਾ ਨਾ ਜ਼ਮੀਨ ਤੇ ਹਾ, ਬਹੁ ਔਖਾ ਲੱਥੇ ਮੇਰੇ ਬਾਬੇ ਹੋਣਾ ਪੜ੍ਹਦੇ ਰਹਿੰਦੇ ਹਨ, ਪਰ ਪੁੱਤਰਾਂ ਤੇ ਬੇਰਾਵਾਂ ਤੋਂ ਬਾਅਦ ਏਡਾ ਸੌਖਾ ਹੁਸੈਨ ਚੜ੍ਹਾ ਵੀ ਕੋਈ ਨਾ। ਪੁੱਤਰ ਮਾਰੇ ਗਏ, ਬੇਰਾ ਮਾਰੇ ਗਏ, ਮਹਿਮਾਨ ਮਾਰੇ ਗਏ, ਅਬਾਸ ਕਮਰ ਤਰੋੜ ਗਿਆ, ਜ਼ਿੰਦਗੀ 'ਚ ਪਹਿਲੀ ਦਫ਼ਾ ਆਪਣੇ ਹੱਥਾਂ ਨਾਲ ਘੋੜੇ ਦੀ ਰੱਸੀ ਖੋਲੀ ਹੈ, ਪਹਿਲੀ ਦਫ਼ਾ ਆਪਣੇ ਹੱਥਾਂ ਨਾਲ, ਅੱਗੇ ਆਪ ਖੁਲੈਂਦਾ ਹਾਂ। ਹਾਂ ਅਬਾਸ 5 ਸ਼ਗਿਰਦਾਂ ਕੋ ਘੇਨਾ ਹੋਇਆ, 7ਵੀਂ ਕਨਾਤ ਕੋਲ ਆ ਕੇ ਘੋੜੇ ਕੋ ਰੋਕਸ, ਜ਼ੀਨ ਰੱਖੀਐਸ, ਕੜਿਆਲਾ ਚੜ੍ਹਾਇਸ, ਘੋੜੇ ਦੀ ਗਰਦੇ ਨਾਲ ਰੱਸੀ ਲਪੇਟੀਐਸ, ਮੈਂ ਕੋ ਜ਼ਿਕਰ ਦੀ ਕਸਮ ਹੈ ਆਪ ਰਕਾਬ ਰੱਖੀਐਸ, ਪੈ ਰਕਾਬ ਤੇ ਰੱਖਸ, ਅੱਗੇ ਜਡਾਂ ਵੀ ਚੜ੍ਹਦਾ ਹਾ ਪੜ੍ਹਦਾ ਰਹਿੰਦਾ ਹਾ, ਨਸਰੋ ਮੈਂ ਨਲਾਏ ਫਤਨ ਕਰੀਬ, ਉਹ ਆਇਆ ਹੀ ਨਹੀਂ ਜਿਹੜਾ ਹੈ ਨ ਕਰੇ। ਜਡਾਂ ਹੁਸੈਨ ਆਖਰੀ ਦਫ਼ਾ ਚੜ੍ਹਾ ਹਾ ਤਾਂ ਪੜ੍ਹਿਆ ਹੈ ਸੁਕਾਲੂ ਇੰਨਾ ਲੀਲਾ ਹੈ ਵਾ ਇੰਨਾ ਲੈ ਰਾਜੇ ਹੋਣ। 7 ਦਫ਼ਾ ਕੋਸ਼ਿਸ਼ ਕੀਤੀ ਅਸ ਜ਼ੀਨ ਤੇ ਚੜ੍ਹਾਂ, ਕੋਸ਼ਿਸ਼ ਕਰੇਂਦਾ ਪਰ ਪੈਰ ਵੱਤ ਜ਼ਮੀਨ ਤੇ। ਕੋਈ ਜਿਹੜਾ ਬਹਾਦਰ ਹੋਵੇ ਨਾ, ਦੁੱਖ ਵੇੜ ਵੰਜਣ, ਦੁੱਖ ਦੇ ਵੇਲੇ ਸੱਜਣ ਯਾਦ ਆਉਂਦੇ ਆਉਂਦੇ ਨਾ, ਜੇ ਕੋਈ 5 ਚੜ੍ਹੇਂਦੇ ਹਨ ਤੇ ਚੜ੍ਹ ਵੀ ਨਾ ਸੰਗਦਾ, ਉਹ ਕੋਈ ਸੱਜਣਾਂ ਦੀ ਯਾਦ ਨਾ ਆਈ ਉਸੇ। ਉਹ ਜਿਹੜੇ ਘਰਾਂ ਤੇ ਅਲਮ ਲੈਂਦੇ ਹੋ, ਮੈਂ ਕੋਈ ਜ਼ਿਕਰ ਦੀ ਕਸਮ ਹੈ, ਤੁਸੀਂ ਔਖੇ ਵੇਲੇ ਹੀ ਅਲਮਾ ਵਾਲੇ ਕੋ ਸਦੇਂਦੇ ਹੋ, ਤੇ ਹੁਸੈਨ ਵੀ ਇਹਦੀ ਲਾਸ਼ ਤੋਂ ਦੇਖ ਕੇ ਆਦਾ, ਮੈਂ ਕੋ ਘੋੜੇ ਤੇ ਚੜ੍ਹਾਵਣ ਵਾਲਾ ਕੋਈ ਕੋਈ ਨਹੀਂ। ਸ਼ਹੀਦਾਂ ਦੇ ਨਾਵੇਂ ਹਕਲਾਂ ਮਾਰੀਆਂ, ਉਹ ਵੇਲੇ ਭੈਣ ਆ ਕੇ ਹੀ ਖਤ ਰਕਾਬ ਤੇ ਰੱਖੇ, ਵੀ ਹੱਥ ਕੋਸ਼ ਤੇ ਰੱਖੇ, ਤੇ ਬੇਰਾ ਤੋਂ ਦੇਖ ਕੇ ਆਦੀ ਹੈ ਚੜ ਸੰਗਣਾ ਤਾਂ ਭੈਣ ਚੜ੍ਹਾਵਣ ਆਈ। ਨਦੀਮ 100 ਸਾਲ ਕੋਲ ਹੀ ਪੁਰਾਣਾ ਬੰਦੇ, ਯਕੀਨਾਂ ਨੇ ਸਮਝ ਮੰਨਣ, ਜ਼ਿੰਦਗੀ ਭਰ ਰੋਵਣ, ਜ਼ਿੰਦਗੀ ਭਰ ਰੋਵਣ ਵਾਸਤੇ ਕਾਫੀ ਨੇ। ਜਿੱਦਾਂ ਭੇਣ ਆਖੇ ਨਾ ਮੈਂ ਚੜ੍ਹਾਵਣ ਆਈ ਖਣੀਆਂ, ਹੁਸੈਨ ਦੀਆਂ ਅੱਖਾਂ ਨਹੀਂ ਸਾਵਣ ਦੇ ਬੱਦਲ, ਬੀਬੀ ਆਦੀ ਰੋਵਾਂ ਤਾਂ ਮੈਂ ਰੋਵਾਂ, ਜਾਂਦਾ ਤੈਂ ਜੀਆਂ ਭਿਰਾ ਟੁਰਾ ਵੈਂਦਾ ਹੈ, ਤੂੰ ਕਿਉਂ ਰੋਂਦਾ। ਇੱਥੇ ਹੀ ਮੈਂ ਦੇਖਣਾ ਬਈ ਤੁਹਾਡੇ ਦਿਲ 'ਚ ਕਿਤਨਾ ਦਰਦ ਹੈ। ਭੈਣ ਆਦੀ ਹੈ ਕਿਉਂ ਰੋਂਦਾ, ਭੈਣ ਦਾ ਸਰ ਚੁੰਮਕਿਆ ਦਈ ਦਰਦ ਕੋ ਰੋਂਦਾ, ਤੈਂ ਚੜ੍ਹਾਇਆ ਮੈਂ ਕੋ ਘੋੜੇ ਤੇ ਜ਼ੈਨਬ, ਤੈ ਕੋ ਉੱਠ ਤੇ ਕੌਣ ਚੜ੍ਹੇ ਸੀ। ਬੀਬੀ ਆਦੀ ਹੈ ਜਿਵੇਂ ਇਹ ਗੁਜ਼ਰੀ ਏ ਮੇਰਾ ਚੰਨ ਵੀ ਰਣ ਅਤੇ ਉਹ ਵੀ ਲੰਘ ਨਿਭੋਏ ਸੀ, ਖੈਰ ਹੋਈ ਮੇਰੇ ਆਬਦ ਦੋ ਵੱਡਾ ਫੁੱਫੀਆਂ ਤੇ ਮਿੰਤਾਂ ਲੈ ਸੀ,
ਜੇ ਹੱਕ ਨਾ ਰੁੱਝੇ ਤੇਰੇ ਬਚੜੇ ਦੇ ਉਹ ਲਹੇ ਸੀ ਤੇ ਆਪ। ਜ਼ੀਨਜ਼ੁਲ ਜਨਾਤ ਤੇ ਸਵਾਰ ਹੋਏ, ਤੁਸਾਂ ਹੈ ਵੀ ਨਹੀਂ ਕੀਤੀ ਮੈਂ ਕੋਈ ਜ਼ਿਕਰ ਦੀ ਕਸਮ ਹੈ, ਜਿੱਦਾਂ ਹੁਸੈਨ ਘੋੜੇ ਕੁੱਟੋ ਰਹੇ ਬੀਬੀਆਂ ਪੱਥਰਾਂ ਦਾ ਮਾਤਮ ਕੀਤਾ। ਹੁਸੈਨ ਅਦਾ ਘਿਨਵਨ ਘੋੜਾ ਕਦਮ ਨਹੀਂ ਚਾਹੁੰਦਾ, ਫਰਮਾਨ ਤਸਾਂ ਤਾਂ ਮੈਂ ਹੁਸੈਨ ਨਾ ਇੱਥੋਂ ਪਾਣੀ ਕੱਢ ਲਿਆਵਾਂ। ਆਦਾ ਮੈਂ ਤੇਰੇ ਕੋਲ ਢੇਰ ਤਸਾਂ ਨਾ, ਆਪ ਪਹਿਲੇ ਕਿਉਂ ਨਾ ਮੈਂ ਟੁਰਦਾ, ਉਹ ਆਏ ਹੀ ਨਹੀਂ ਜਿਹੜਾ ਹੈ ਨਾ ਕਰੇ। ਹੁਸੈਨ ਆਦਾ ਮੈਂ ਕੋ ਭੇਣ ਹੀ ਮਿਲਣੀਆਂ ਹੈਣ। ਘੋੜਾ ਆਦੇ ਅੱਗੇ ਤੇਰੀ ਮਜਬੂਰੀ ਆਈ, ਹੁਣ ਮੇਰੀ ਮਜਬੂਰੀ ਏ। ਹੁਸੈਨ ਆਦੇ ਕਿਹੜੀ ਮਜਬੂਰੀ ਏ, ਫੈਸਲਾਬਾਦ ਦੇ ਗਿਰਦ ਨਵਾ ਲਿਓ, ਘੋੜਾ ਆਪਣੀ ਦਬਾਂ ਨੀਚਾ ਦੇ, ਇੱਕ ਦਫਾ ਜ਼ਮੀਨ ਦੋ ਦੇਖ। ਤੁਹਾਡੀ ਸੋਹਣੀ ਹੈ ਦੀ ਕਸਮ ਏ, ਹੁਸੈਨ ਡਿੱਠੇ 4 ਸਾਲਾਂ ਦੀ ਧੀ ਘੋੜੇ ਦੇ ਪੈਰ ਨੱਪੀ ਬੈਠੀ ਤੇ ਮਿੰਨਤਾਂ ਕਰਕੇ ਆਦੀ ਬੈਠੀ ਹੈ, ਮੇਰੇ ਬਾਬੇ ਦਾ ਘੋੜਾ ਮੇਰੇ ਬਾਬੇ ਕੋ ਬਹਿਰ ਲੱਗੇ ਨਾ ਮੰਨੇ। ਹੱਥ ਖੋਲ ਜਵਾਨ, ਹੱਥ ਖੋਲ, ਮੇਰੇ ਬਾਬੇ ਟੁਰ ਵੰਜਣਾ ਹੈ, ਮੇਰੀਆਂ ਫੁੱਫੀਆਂ ਰੁੱਲ ਵੰਜਣਾ ਹੈ। ਹੁਸੈਨ ਉੱਥਾਂ ਹੀ ਧੀ ਕੋ ਹੱਥਾਂ ਤੇ ਚਾਹੇ, ਮੇਰੇ ਬਾਬੇ ਉਹਨਾਂ ਪੜਦੇ ਰਹਿੰਦੇ ਹਨ, ਇਹ ਜ਼ੀਨੇ ਜ਼ੁਲ ਜਨਾਹ ਚ ਆਖਰੀ ਦਫਾ ਧੀ ਕੋ ਸੀਨੇ ਤੇ ਸਮਾਇਸ ਤੇ ਗੱਲ ਹਿੱਕਾ ਕੀਤੀ ਨੇ, ਹੁਣ ਮੇਰੇ ਸੀਨੇ ਤੇ ਸੰਪੋ ਵੱਤ ਜਿੱਥਾਂ ਝਾ ਲੱਭੀ ਉਥਾ ਹੀ ਸੰਪੋਵੇ, ਕਹਿ ਕੋ ਤਕਲੀਫ ਨਾ ਦੇਵੇ। ਫਰਮਾਇਦਾ ਨਮਾ ਫਿਦਾ ਹੈ ਮੇਰੀ ਭੈਣ ਕੋ ਦੇ, ਤੇ ਫਰਮਾਇਦਾ ਆਲੀ ਆਏ ਮੇਰੀ ਅਮਾਨਤ ਤੇ, ਸੁੱਤੀ ਰਾਵੇ ਤਾਂ ਜਗਾਵੇ ਨਹੀਂ ਤੇ ਜਨਾ ਜਾਗ ਕੇ ਆਖੇ ਬਾਬੇ ਦੋ ਵਹਿੰਦੀਆਂ, ਮੇਰੀ ਮਜ਼ਲੂਮੀਅਤ ਦਾ ਵਾਸਤੇ ਹੀ ਵੱਤ ਹਟਕੇ ਨਹੀਂ। ਇਹ ਗੱਲ ਕੀਤੀ ਨੇ, ਵੱਤ ਘੋੜੇ ਕੁਆ ਦਿਨ ਘਿਨਵਨ, ਚੰਦ ਕਦਮਾਂ ਤੇ ਘੋੜਾ ਗਿਆ ਉਹ ਸੀ, ਯਾ ਸੈਣ ਉਮੈ ਕਲਸੋਮ ਹੱਕਾ ਲਿੱਤੀ ਹੈ, ਇੱਕ ਦਫਾ ਰੁਕਵਨ। ਮੈਂ ਕੋ ਨਹੀਂ ਪਤਾ ਕਿਤਨੇ ਮਸਲਕ ਦੇ ਲੋਕ ਬੈਠੇ ਹੋ, ਹੁਸੈਨ ਇੱਕ ਦਫਾ ਕਾਤਲਾਂ ਕੋ ਡਿੱਠੇ। ਮੇਰੇ ਡਾਡੇ ਹੁਣ ਪੜਦੇ ਰਹਿੰਦੇ ਹੈ, ਵੱਤ ਹੁਕਮ ਇਮਾਮਤ ਨਾਲ ਵਕਤ ਰੋਕਸ, ਵਕਤ ਰੋਕਸ ਪਿੱਛਾ ਵੱਲੇ ਵਹਿਣ, ਜਲਦੀ ਚ ਵਹਿੰਦਾ ਪਿਆ ਹੈ, ਪਹਿਲੇ ਇਰਾਦਾ ਕੀਤਾ ਜੋ ਲੱਗਾ ਵੰਨਾ ਮੇਰੇ ਦੁਸ਼ਮਣ ਕਮੀਨ ਨਾ ਚਾਹੁੰਦਾ ਮੇਰੀ ਜ਼ਿੰਦਗੀ ਤੁਹਾਡੇ ਖੈਮਾ ਚਾਵੇਂ। ਵਕਤ ਰੋਕ ਕੇ ਵੱਲ ਈ ਵਾਸਤੇ ਆਇਆ, ਮੈਂ ਨਾ ਆਵਾਂ ਹਾ ਤਾਂ ਤੂੰ ਸ਼ਾਮ ਤੱਕ ਆਦੀ ਵੰਨੇ ਆ, ਮੈਡਾ ਪੁੱਤਰ ਜੋ ਕੋਈ ਨਹੀਂ। ਕਹਿ ਕੋ ਤਾਂ ਮੇਰੇ ਲਵ ਦੀ ਸਮਝ ਆਈ ਉਸ ਕਿਉਂ ਸੱਡੇ ਬੀਬੀ ਆਦੀ ਹੁਸੈਨ, ਮੈਂ ਈ ਵਾਸਤੇ ਸੱਡੇ, ਮੈਂ ਕੋ ਇਹ ਦੱਸਾਂ ਤੂੰ ਮੈਦਾਨ ਵਹਿੰਦਾ ਪੀਏ, ਮੈਂ ਦੇਖਈਆਂ ਸਜਾਦ ਬਿਸਤਰ ਬਿਮਾਰੀ ਤੇ ਸੁੱਤਾ ਹੋਏ, ਬਾਕਿਰ ਤਲੀਆਂ ਬੈਠਾ ਮੈਂ ਲੈਂਦੇ, ਤੇਰੇ ਬਾਕਿਰ ਤੇ ਸਜਾਦ ਤੂੰ ਹਟ ਕੇ ਸਾਡਾ ਕੋਈ ਬਚ ਗਿਆ? ਹੁਸੈਨ ਆਦਿਆ ਕੋਈ ਨਹੀਂ ਬਚ ਗਿਆ। ਬੀਬੀ ਆਦੀਆ ਮੈਂ ਸਾਡਾ ਹੀ ਵਾਸਤੇ, ਤੈਂ ਘੋੜੇ ਕੋ ਟੋਰ, ਇਹ ਤੇਰੇ ਘੋੜੇ ਦੇ ਪਿੱਛੋਂ ਜ਼ਈਫ ਕੌਣ ਹੈ ਜਿਹੜਾ ਭਜਦਾ ਵੱਧਾ ਹੈ? ਪੱਥਰ ਦਿਲ ਦਾ ਮੈਂ ਨਾਮ ਨਾ ਹੁਸੈਨ ਆਦਿਆ ਨਿਵੀ ਸੁਝਾਤਾ, ਇਹ ਮੇਰਾ ਨਾਨਾ ਮੁਹੰਮਦ ਹੈ, ਨਾਨਾ ਮੇਰੇ ਉਧਾਰ ਵਧਾ ਲਹਿੰਦਾ, ਉਹਦੇ ਛਿਕਲਾ ਵਾਲੇ ਦੇ ਘੋੜੇ ਪਿੱਛੋਂ ਮੈਂ ਭਜਾਇਮ, ਮੇਰੇ ਘੋੜੇ ਦੇ ਪਿੱਛੋਂ ਨਾਨਾ ਭੱਜ ਕੇ ਆਦਾ ਵਧਾ, ਇੱਕ ਦਫਾ ਡਾੜੀ ਤਾਂ ਚੁਮਈ ਵੰਨੇ। ਵੱਤ ਮੈਦਾਨ ਚੈਨ, ਮੈਂ ਇੱਥਾਂ ਸਿਰਫ ਹੁਸੈਨ ਦੀ ਜੰਗ ਹੀ ਪੜ੍ਹਾਂ ਨਾ, ਤਾਂ ਇਹਦੀ ਤਫਸੀਲੀ ਹਮਲੇ ਨੂੰ ਹੁਸੈਨ ਦੇ ਜੋ ਰਾਤ ਹਮ ਪੋਸੀ, ਮੈਂ ਆਪਣੇ ਵਕਤ 'ਚ ਹੀ ਪੜ੍ਹਨੀ ਹੈ, ਮੈਂ ਜ਼ਿਆਦਾ ਵਕਤ ਹੀ ਮਾਤਮੀਆਂ ਕੋ ਦੇਵਣਾ। ਹੁਸੈਨ ਜੰਗ ਕੀਤੀ, ਬਹੁਤ ਸੋਹਣੀ ਕੀਤੀ, ਇਸ ਅੰਦਾਜ਼ ਦੀ ਜੰਗ ਕੀਤੀ ਜਵਾਨੋ, ਜੋ ਇਹਨਾਂ ਦੇ ਮੱਥੇ ਕੂਫੇ ਦੀਆਂ ਦੀਵਾਰਾਂ 'ਤੇ ਵੰਜ ਲੱਗੇ, ਇਹ ਭੱਜਦੇ ਵੱਧਦੇ ਨੇ ਅਤੇ ਭੱਜਦੇ ਹੋਇਆਂ ਤੋਂ ਦੇਖ ਕੇ ਆਦਾ ਵੱਧਦਾ, ਭੱਜੋ ਨਹੀਂ ਤੁਸਾਂ ਮੈਡਾ ਅਕਬਰ ਮਾਰੇ।
ਜਿਹਨਾਂ ਮਨਾਂ ਦੇ ਮੂੰਹ ਚੋਂ ਹਾਲੇ ਵੀ ਹੈ ਨਹੀਂ ਨਿਕਲੀ ਤੇ ਈ ਮਾਹੌਲ ਚ ਰਾਤ ਦੇ ਈ ਵੇਲੇ ਹੈ ਨਹੀਂ ਨਿਕਲੀ ਤੁਹਾਡੇ ਰੁਆਵਣ ਵਾਸਤੇ 70 ਗਲਤ ਪਣਾ, ਮੈਂ ਹੁਸੈਨ ਦਾ ਮੁਜਰਮ, ਪਰ ਹਾਏ ਨਾ ਕਰੇ ਸੋ ਅਗਲੀ ਲਫ਼ਜ਼ ਤੇ ਤਾਂ ਗਿੱਲ ਹੀ ਹੁਸੈਨ ਕੁੱਡੇ ਸਾਂਝੋ ਹੁਸੈਨ ਦੇ ਅਦਾਦਾਰ ਹੋ। ਤੀਜਾ ਹਮਲਾ ਕਰੇਂਦਾ ਪਿਆ ਦਰਿਆ ਦੇ ਕਿਨਾਰੇ ਕੋਲ, ਹੁਸੈਨ ਦਾ ਘੋੜਾ ਗੁਜ਼ਰੇ ਯਾ ਖੂਨ ਚ ਲੱਤ ਪੱਤ, ਅਬਾਸ ਦੀ ਲਾਸ਼ ਤੜਪੀਏ, ਬਿਨ ਬਾਜ਼ੂ ਲਾਸ਼ ਖੜੀ ਹੋਈ ਏ ਤੇ ਕੱਪੇ ਗਾਲੀ ਚ ਆਵਾਜ਼ ਆਇਆ, ਆਪ ਲੜਦਾ ਵਧਾ ਮੈਕੂ ਮਜਬੂਰ ਚਾਕੀ ਤਈ, ਜੇ ਮੈਕੂ ਲੜਨ ਡੇਵੇਂ ਹਾ ਤਾਂ ਇਹ ਤ੍ਰੀਜਾ ਹਮਲ ਹੀ ਨਾ ਕਰਨਾ। ਇਹ ਇਵੇਂ ਹੱਕ ਬਣਦਾ ਹੈ ਜਿਵੇਂ ਹੁਣ ਰੋਂਦੇ ਬੈਠੇ ਆ। ਲੱਥਾ ਉਵੇਲੇ ਜਿਹੜਾ ਮਾਂ ਦਾ ਵਹਿਣ ਹੈ, ਮੈਂ ਥੱਕ ਪਈ ਹਾਂ, ਨਾ ਵੇਨ ਕੋ ਪਤਾ ਲੱਗੇ ਨਾ ਜ਼ਮੀਨ ਕੋ ਪਤਾ ਲੱਗੇ, ਸਵਾਰ ਲਹਿ ਗਏ। ਇਵੇਂ ਲੱਥਾ ਹੈ ਜਿਵੇਂ ਫਰਮਾ ਬਰਦਾਰ ਪੁੱਤਰ ਮਾਵਾਂ ਦੇ ਹੁਕਮ ਮੰਨ ਕੇ ਲਾਉਂਦੇ। ਕਰਬਲਾ ਦੀ ਜ਼ਮੀਨ ਕੋ ਮਾਂ ਦੀ ਝੋਲੀ ਸਮਝ ਕੇ ਲਹਿ ਪੀਏ। ਮੈਂ ਮਜਲੇ ਸਮੋਕੀ ਖਣਾ ਹੈ ਤਾਂ ਮੈਂ ਕੋ ਪਤਾ ਹੈ ਜੇ ਮੈਂ ਕਿਤਨੀਆਂ ਸਤਰਾਂ ਛੋਣੀਆਂ ਜ਼ੁਲਜਨਾ ਆਉਣੇ। ਮੈਂ ਇਤਨੀ ਮਿਹਨਤ ਕਰੇ ਸਾਂ ਜੋ ਇਹ ਮਜਲਿਸ ਲਾਈਵ ਚੱਲਦੀ ਪਈ ਹੈ ਅਤੇ ਦੁਨੀਆ ਪਈ ਸੁਣਦੀ ਹੈ ਅਤੇ ਤੁਸੀਂ ਹਜ਼ਾਰਾਂ ਦੀ ਤਾਦਾਦ ਵਿੱਚੋਂ ਜਿਹੜਾ ਜ਼ੁਲਜਨਾ ਕੋ ਬਿੱਦਤ ਆਦ ਹੈ ਉਹ ਮਸਜਿਦ ਨਾ ਬਣਾਵੇ। ਇਹ ਮਸਜਿਦ ਬਣੀ ਖੜੀ ਹੈ, ਇਹ ਮਸਜਿਦ ਕਾਬੇ ਦੀ ਛਬੀ ਹੈ, ਇਹ ਜ਼ੁਲਜਨਾ ਹੁਸੈਨ ਦੇ ਮੁਰਤਜਿਸ ਦੀ ਛਬੀ ਹੈ। ਇਤਰਾਜ਼ ਨਾ ਕੀਤਾ ਕਰ, ਆਪ ਝੁਕਦੇ ਨੇ ਤੇ ਧੀਆਂ ਕੋਈ ਝੁਕੇਂਦਨ, ਸਾਰੀਆਂ ਧੀਆਂ ਹੁਸੈਨ ਦੀ ਧੀ ਕੁਲ ਚੰਗੀਆਂ ਨੇ। ਕਿਆ ਹੁਸੈਨ ਦੀ ਧੀ ਜ਼ੁਲਜਨਾ ਦੇ ਪਿੱਛੋਂ ਨਹੀਂ ਟੁਰੀ? ਈ ਵਾਸਤੇ ਇੱਕੋ ਝੁਕਦੇ ਜਿੱਦਾਂ 9 ਲੱਖ ਮੁਸਲਮਾਨ ਹੈਵਾਨ ਬਣ ਗਿਆ ਹਾ, ਇਹੋ ਘੋੜਾ ਹਾ ਜਿਹੜਾ ਤੀਰ ਵਧਾ ਝਲੇਂਦਾ, ਤੇ ਇਹੋ ਘੋੜੇ ਜੇ ਹੁਸੈਨ ਦੇ ਪੈਰਾਂ ਚੋਂ ਤੀਰ ਕੱਢਾ। ਅੱਜ ਦੇਖੋ ਨਾ, ਇਹ ਹੁਣ ਅਰਬਾਂ ਆਵਣ ਵਾਲੀ ਹੈ, ਕਰੋੜਾਂ ਦੀ ਤਾਦਾਦ ਵਿੱਚ ਅੱਜ ਗਈ ਨਹੀਂ ਹੋਈ ਦੁਨੀਆ, 5 ਲੱਖ ਹਾਜੀ ਹੁੰਦੇ ਸਿਰਫ ਤੇ ਕਰੋੜਾਂ ਦੀ ਤਾਦਾਦ ਵਿੱਚ ਹੁਣ ਇਸ ਟਾਈਮ ਹੀ ਕਰਬਲਾ 'ਚ ਮੌਜੂਦ ਨੇ ਤੇ ਹਰ ਜ਼ਬਾਨ ਵਿੱਚ ਹਿੱਕਾ ਗਾਹਲੇ ਲਬੈਕ ਯਾ ਹੁਸੈਨ। ਮੈਂ ਕੋ ਜ਼ਿਕਰ ਦੀ ਕਸਮ ਹੈ, ਈ ਕਰਬਲਾ ਦੇ ਟਿੱਬੇ ਤੇ ਉਹ ਵੇਲੇ ਹਾ ਜਦਾਂ ਆਧਾ ਬੈਠਾ ਹਾ ਹਲ ਮਿਨ ਨਾਸਿਰ, ਹੇ ਕੋਈ ਜਿਹੜਾ ਮੈਂ ਗਰੀਬ ਦੀ ਮਦਦ ਕਰੇ। ਇਹ ਗੁਰਬਤ ਦਾ ਹੋਕਾ ਹਰ ਕੈਂ ਸੁਣੇ, ਜਿਵੇਂ ਸਕੀਨਾ ਸੁਣੇ ਇਵੇਂ ਕੈਂ ਨਹੀਂ ਸੁਣਾ। 5 ਮਿੰਟ ਵੱਧ ਤੋਂ ਵੱਧ ਮੈਦਾਨ ਤੋਂ ਟੁਰ ਪਈਏ, ਆਲੀਆ ਸੈਣਾ ਦੀਏ ਮਾਸੂਮਾ ਕਿਨ ਪਈ ਵੈਂਦੀਏ, ਕਦਮਾ ਤੇ ਹੱਥ ਰੱਖ ਕੇ ਆਦੀ ਅਮਾ ਉਦੋਂ ਪਈ ਵੈਂਦੀਆਂ, ਜੇ ਕੋ 9 ਲੱਖ ਵਧਾ ਮਰੇਦਾ ਮੈਂ ਪੜਨੀ ਵੀ ਮਜਲਿਸ ਤੁਹਾਡੀ ਫਿਤਰਤ ਤੇ, ਫਿਤਰਤ ਰੋ ਸੰਗੇ ਤਾਂ ਤੇਰੀ ਆਪਣੀ ਮਰਜ਼ੀ ਨਹੀਂ ਤਾਂ ਮਿੰਨਤ ਨਹੀਂ। ਮੈਦਾਨ ਚਾਈ ਬੰਦੇ ਇਤਰਾਜ਼ ਕਰੇ ਜੋ ਸ਼ੀਆ ਰੋਂਦੇ ਨੇ, ਮੈਂ ਕੋ ਜ਼ਿਕਰ ਦੀ ਕਸਮ ਏ, ਧੀ ਦੁਸ਼ਮਣ ਦੀ ਹੋਵੇ ਟੁਰ ਕੇ ਆਵੇ ਬੰਦੇ ਕਤਲ ਹੀ ਮਾਫ਼ ਕਰਨੇ ਨੇ। 4 ਸਾਲਾਂ ਦੀ ਹੁਸੈਨ ਦੀਦੀ ਇੱਕ ਸ਼ਾਮੀ ਕੋਲ ਆ ਕੇ ਆਦੀਏ, ਕਿੱਥਾਂ ਹੀ ਮੇਰਾ ਬਾਬਾ ਡਿੱਠਈ, ਤੂੰ ਕਹਿੰਦੀ ਦੀਏ ਬੀਬੀ ਆਦੀਏ ਮੈਂ ਹੁਸੈਨ ਦੀਦੀ ਹਾਂ, ਅਜਰ ਰਿਸਾਲਤ ਦਿੱਤਾ ਮੂੰਹ ਦੇ ਬਾਹਰ ਮਿੱਟੀ ਤੇ ਜਣੀਏ, ਇਹਦੇ ਪਾਸੇ ਦੇ ਕੇ ਆਦੀ ਮਾਰ ਤੱਕ ਗਈ, ਹੁਣ ਦੱਸਾ ਮੇਰਾ ਬਾਬਾ ਕਿੱਥਾਂ ਲੱਤਾ ਹੈ। ਮਾਸੂਮਾ ਕੋ ਸਾਹਮਣੇ ਖੜਾ ਕੇ ਮੈਂ ਕੋ ਸਈਆ ਸਮੇਟ ਕੇ ਮਾਫ਼ ਚੱਕਰ ਹੈ,
ਮੈਂ ਪਰਦਾ ਪੈਸਾ ਤਾਂ ਮੇਰੇ ਤੇ ਪਰਦੇ ਵਾਲਾ ਨਾਰਾਜ਼ ਹੋ ਸੀ। ਮਾਸੂਮਾਂ ਕੋ ਸਾਹਮਣੇ ਖੜਾ ਕੇ ਧੀ ਦੇ ਦੇਈ ਤੀਰ ਕਮਾਨ ਚ ਪਾਤਾ ਹੈ, ਤੀਰ ਕੁਛ ਕੀ ਦਿੱਤੀ ਐਸ ਛੋੜ ਕੇ ਆਦਾ ਜੇ ਕੋ ਤੀਰ ਲੱਗੇ ਓ ਤੇਰਾ ਬਾਬਾ। ਬੀਬੀਆਂ ਦੀਆਂ ਜਿਤਨਾ ਮਾਰਣੇ ਮੈਂ ਕੁਮਾਰ ਕੋ ਅਕਬਰ ਦੀ ਮੌਤ ਖਾ ਗਈ ਏ। ਇਹੀ ਮੈਂ ਰੋਵਣਾ ਜਿਵੇਂ ਹੁਣ ਬੈਠੇ ਰੋਂਦੇ ਹੋ। ਫੌਜਾਂ ਕੋ ਹਟੇਂਦੀ ਹੋਈ ਬਾਬੇ ਕੋਲ ਆ ਪਹੁੰਚੀ, 9 ਲੱਖ ਕਾਤਿਲ, ਕਿਤਨੇ 9 ਲੱਖ ਕਾਤਿਲ ਬਣਦੇ ਤਾਂ 18 ਲੱਖ ਹੱਥ ਬਣਦੇ। ਇਹ ਜੀਆਂ ਹੱਥ ਕੋਏ ਨਾ ਜੇ ਹੁਸੈਨ ਤੇ ਜ਼ੁਲਮ ਨਾ ਕੀਤਾ। ਹਰ ਕੋਈ ਆਦਾ ਵਧੇ ਮਾਰੋ ਇੱਕ ਅਧੀ ਆਦੀਏ ਪਹਿਲੇ ਮੈਂ ਕੁਮਾਰੋ। ਕਾਤਲ ਢੇਰ ਐਨ, ਮੈਂ ਕੋ ਜ਼ਿਕਰ ਦੀ ਕਸਮ, ਮੈਂ ਇਹਨੂੰ ਦੀ ਮਿਲਦੀ ਬੈਠੀ ਹੈ ਜਾਂ ਉਹਨੂੰ ਉਹ ਆਏ ਜਾਂ ਦੀਨ ਦਾ ਕਾਬਾ ਡਾਏ। ਆਦੇ ਹੁਸੈਨ ਧੀ ਕੁ ਕਿਉਂ ਸਡਈ, ਸਯਦਾ ਦੇ ਬੇਔਲਾਦ ਹੋ ਸਈ, ਵੇਲੇ ਧੀਆਂ ਸੜੀਆਂ ਨਹੀਂ ਵੈਂਦੀਆਂ ਆਪੇ ਆਵੈਂਦੀਆਂ। ਸ਼ਹਾਦਤ ਬਣਦੀ ਹੈ ਮੈਂ ਮਿੰਨਤ ਨਹੀਂ ਕਰਨੀ, ਪੱਥਰ ਦਾ ਦਿਲ ਹੀ ਕੰਡ ਕਰ, ਇਹ ਆਦਤ ਤੂੰ ਉਠਾਵੇਂ ਜਾਂ ਮੈਂ ਉਠਾਵਾਂ। ਸਯਦਾ ਦੇ ਅੰਮਾ ਫਿਜ਼ਾ ਮੇਰੀ ਧੀ ਕੋ ਘਿਨਵਾਨ ਇਹ ਵੱਡਾ ਜ਼ਾਲਿਮ ਹੈ। ਫਿਜ਼ਾ ਚਾ ਕੇ ਟੁਰੀ ਨਬੀ ਦੇ ਉਮਤੀ ਬੈਠਿਓ, ਤੁਹਾਡੇ ਨਬੀ ਦੀ ਸ਼ਰੀਅਤ ਜਾਂਦੇ ਡੁੱਕ ਪਿਆ ਪੜਨਾ, ਇਹ ਵੀ ਤੁਹਾਡੇ ਨਬੀ ਦਾ ਨਵਾਸਾ ਹੈ। ਤੁਹਾਡੇ ਨਬੀ ਦੀ ਸ਼ਰੀਅਤ ਜਿਨਸ ਦੇ ਸਾਹਮਣੇ ਜਿਨਸ ਕੋ ਜ਼ਿਬਾ ਨਹੀਂ ਕਰਨਾ। ਦਰਦ ਇੱਕੋ ਖਾ ਗਈ ਹੈ ਧੀ ਦੇ ਦੀ ਖੜੀ ਆਈ, ਧੀ ਦੜੇ ਦੇ ਪਹਿਲੀ ਜ਼ਰਾ ਬਿਮਾਰੀ, ਧੀ ਛੁੜਾਵਣ ਲੱਗ ਗਈ ਹੈ ਇਹ ਦੂਜੀ ਜ਼ਰਾ ਬਿਮਾਰੀ ਹੈ, ਧੀ ਛਾਣ ਪਈ ਹੈ ਇਹ ਤੀਜੀ ਰਬ ਮਾਰੀਏ, ਧੀ ਫਾਜ ਪਈਏ ਚੌਥੀ ਰਬ ਮਾਰਨ ਲੱਗੇ, ਖੰਜਰ ਚ ਹੱਥ ਪਾ ਕੇ ਆਦੀਏ ਤੇਰੀ 4 ਸਾਲਾਂ ਦੀ ਉਹ ਕੋਈ ਧੀ ਹੁੰਦੀ ਤੇ ਕੁੱਥੀ ਦਾ ਤਾ ਅਹਿਸਾਸ ਕਿਵੇਂ ਧੀ ਦੇ ਸਾਹਮਣੇ। ਹੌਸਲੇ ਨਾਲ, ਹੌਸਲੇ ਨਾਲ, ਪੜਦਾ ਸਾਰਿਆਂ ਵਾਸਤੇ ਪੀਆਂ, ਨਾ ਰੋਵਣਾ ਹੋਵਿਆ ਨਾ ਮਜਲੇ ਸਿਚਾਵੇ ਆ ਨਾ ਮਿੱਟੀ ਤੇ ਬਾਵੇ ਆ। ਜਿਹੜੇ ਛੋਟੀ ਔਲਾਦ ਵਾਲੇ ਬੈਠੇ ਹੋ ਮੈਂ ਕੋ ਸਯਾ ਸਮਝ ਕੇ ਮਾਫ ਚ ਕਰਾਏ, ਅੱਗੇ ਧੀ ਦੇ ਦੀ ਖੜੀ ਆਈ ਪਿਓ ਮਰੀਂਦਾ ਰਹੀ ਜਦਾ ਧੀ ਖੰਜਰ ਚ ਹੱਥ ਪਾਤਾ ਹੈ, ਮੈਂ ਕੋ ਜ਼ਿਕਰ ਦੀ ਕਸਮ ਹੁਣ ਪਿਓ ਦੇ ਦਾ ਪੀ ਆਈ, ਧੀ ਕੋ ਤਮਾਚਾ ਮਾਰਾ ਹੈ ਹੁਸੈਨ ਖੰਜਰ ਦੇ ਹੇਠ ਤੜਪਾਏ। ਅੱਬਾਸ ਦੀ ਲਾਸ਼ ਜੋ ਦੇਖਿਆ ਤੇ ਮੇਰੀ ਗੁਰਬਤ ਦੇਖ, ਅੱਬਾਸ ਫਿਰਾ ਮੇਰੀ ਧੀ ਕੋ ਸ਼ਿਮੇ। ਹੁਸੈਨ ਦੇ ਕਤਲ ਦਾ ਗਵਾਹ ਵੀ ਆਉਂਦੇ, ਉੱਠੀ ਕੇ ਇਸਤਕਬਾਲ ਕਰੇ ਜੋ ਇਹਦਾ ਉੱਠੀ ਕੇ ਇਸਤਕਬਾਲ ਮਾਸੂਮਾ ਵੀ ਕੀਤਾ। ਹੁਣ ਮੈਂ ਦੱਸੇਨਾ ਹੁਸੈਨ ਸਖੀ ਕਿਤਨੇ, ਦੇਖ ਸੋ ਮੇਰੀ ਤਰਫ, ਦੇਖ ਸੋ ਮੇਰੀ ਤਰਫ, ਇੰਨਾ ਵੀ ਦਰਾ ਬਿਮਾਰੀ ਇਹਦਾ ਠੱਡਾ ਸਾਹ ਨਿਕਲੇ। ਸਯਾਦਾ ਦਾ ਜੇ ਹੱਥ ਪਾਉਣੇ ਨੂੰ ਤੇ ਡੂਹੇ ਕਟੀਜ ਗਏ, ਠੱਡਾ ਸਾਹ ਕਿਉਂ ਭਰੇ ਨੇ ਆਦਮ ਮੈਂ ਜ਼ਰਬਾ ਮਰੇ ਨਾ ਤੁਹਾਡਾ ਲਹੂ ਨਹੀਂ ਨਿਕਲਦਾ। ਸਯਾਦਾ ਦਾ ਕੰਡ ਕਰ ਮੈਂ ਤੇਰੀ ਮਦਦ ਕਰੇ ਨਾ, ਜੇ ਮੇਰਾ ਤੇ ਮੈਂ ਕੰਡ ਕੀਤੀ ਮੈਂ ਦੇ ਕੰਨਾ ਸੁਣੇ ਹੁਸੈਨ ਤੇ ਅੰਮਾ ਗੱਲ ਚਾ ਨਾਨੇ ਕੁਆਕ ਹੱਥ ਚਾਵੇ ਉਹ ਮੇਰਾ ਕਾਤਲ ਥੱਕ ਪੀ। ਇੱਕ ਦਫਾ ਦੁਆ ਮੰਗੋ ਇੱਥੇ ਹੀ ਹੱਥ ਚਾਓ, ਮੈਂ ਦੁਆ ਪਿਆ ਮੰਗਦਾ ਦਾ ਪੁੱਤ ਰੋਵਨੀ ਇੱਕ ਧੀ ਜ਼ਰੂਰ ਹੋਵੀ ਨਾਵੀਂ
رب ماریا اس خون دا فوارا نکلے سکینہ مقتل دا بھجیے چاچے دی لاش تے آ کے آ دیے پیا سایا کد کد او قتل کریں دا اے مہد پیو کو شمر کمینہ ہر ضرب تے تیڈا چلو آدھے نوہ چپڑو وہ آخری ادا دار تک کیا حسین دے سر کو اینچ آئے میں کو ذکر دی قسم ہے بے ادبی دے نال چاہے سکینہ جھولی بنی ہے روکے آدھیے تے کو چاون دا نہیں ڈا میں کو سر باب کر چھوڑے میں کو ہاتھ تے پیر بنا کتنے بندے جڑے ماتم دا حق ادا کرے سن اے آدھے میں کوئی غلط چاہے رنیے تے روکیا دیے جنا زلفا وچ ہاتھ پایا ہے اتامنی کجیاں دے دی ایک وال جو ٹوٹ پوے بابے دا ودی سائے سائے نیرو کہیں دا دل لکھے میری داگری داو کھوین سیاد سمیٹ کے معاف کرائے حسین دا سار چائے سدہ عباس دی لاش تے آئے جڑے پرکے کو رون دے ہو عباس دی لاش تے آکے آتا ہے پیا پرکے لٹے